पटियाला ਦੇ ਪਿੰਡ ਸਮਾਣਾ ਤੋਂ ਲੜਾਈ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਲੜਾਈ 'ਚ ਦੋਵੇਂ ਧਿਰਾਂ ਦੇ ਲੋਕ ਆਪਸ 'ਚ ਗੁੱਥਮ ਗੁੱਥੀ ਹੁੰਦੇ ਨਜ਼ਰ ਆ ਰਹੇ ਨੇ। ਦਰਅਸਲ ਸਾਰਾ ਮਾਮਲਾ ਕੂੜਾ ਸੁੱਟਣ ਨੂੰ ਲੈ ਕੇ ਹੈ। ਇਸ ਮਾਮਲੇ 'ਚ ਕੁੱਲ 5 ਲੋਕ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਇਲਾਜ ਲਈ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਰਾ ਮਾਮਲਾ ਥਾਣਾ ਸਦਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਲਿਖ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਤੋਂ ਅੱਜ ਦੀ ਆਵਾਜ਼ ਲਈ ਜਸਵੀਰ ਸਿੰਘ ਦੀ ਰਿਪੋਰਟ। ਦੇਵੀ ਜੀ ਹੈ ਪੂਜਾ ਦੇਵੀ। ਪੂਜਾ ਦੇਵੀ ਹਾਂ ਬੇਟੇ ਤੇ ਕੀ ਤੇਰੇ ਕੀ ਮਾਰੇ ਇਹਨਾਂ ਨੇ? ਇਹਨਾਂ ਨੇ ਜੀ ਨਾਲ ਤਾਂ ਲੱਤਾਂ ਮਾਰੀਆਂ ਮੇਰੇ, ਫਿਰ ਮੈਂ ਮੇਰੀ ਚਾਚੀ ਨੂੰ ਛਡਾਉਣ ਲੱਗੀ, ਪਿੱਛੋਂ ਮੇਰੇ ਇੰਨੀਆਂ ਡਾਂਗਾ ਮਾਰੀਆਂ ਜੀ ਇਹਨਾਂ ਨੇ। ਇਹ 7-8 ਜਣੇ ਸੀ, ਤੁਸੀਂ ਦੇਖ ਵੀ ਲਓ ਜੀ ਪਿੱਛੇ ਕਿੰਨੀਆਂ ਸੱਟਾਂ ਮਾਰਖੀਆਂ ਨੇ। ਇਹ ਕੰਮ ਤੇ ਹੁੰਦੇ ਨੇ ਜੀ, ਘਰੇ ਕੋਈ ਨਹੀਂ ਹੁੰਦਾ। ਮੇਰੇ ਜਵਾਕ ਪੜਨ ਗਏ ਵੇ ਹੁੰਦੇ ਨੇ, ਇਹ ਘਰੇ 10 ਇਹ 10 ਜਾਣੇ ਨੇ ਜੀ ਆ ਕੇ ਕੱਲੀ ਦੇ ਮੇਰੇ ਗਲ ਪੈਂਦੇ ਨੇ ਵਿੱਚੇ। ਅੱਜ ਕਿਹਦੇ ਕਿਹਦੇ ਮਾਰੇ ਤੁਹਾਡੇ ਘਰ? ਇਹ ਕੀ ਲੱਗਦੀ ਹੈ ਤੁਹਾਡੀ? ਭਤੀਜੀ ਹੈ ਜੀ। ਇਸਕੇ ਕੀ ਮਾਰੇ? ਇਹਦੇ ਲੱਤਾਂ ਮਾਰੀਆਂ ਜੀ, ਡਾਂਗਾ ਮਾਰੀਆਂ ਨੇ। ਇਹ ਛਡਾਉਣ ਲੱਗ ਗਈ ਸੀ ਚਾਚੀ। ਸਾਨੂੰ 4 ਜਾਣੇ ਕੱਲ ਵੀ ਬਹੁਤ ਜ਼ਿਆਦਾ ਕੁੱਟਿਆ ਸਾਨੂੰ ਕਾਲੇ ਨੇ ਜੀ। ਕਿੰਨੇ ਬੰਦੇ ਥੇ ਅੱਜ? ਅੱਜ ਜੀ ਅੱਜ ਤਾਂ ਜੀ ਸਾਰੇ ਤੇ ਜੀ ਬਹੁਤ ਜਾਣੇ ਤੇ ਉਹਨਾਂ ਦੇ ਘਰ ਦੇ ਮੈਂਬਰ ਸਾਰੇ ਸੀ। ਕੱਲ ਜੀ ਮੇਰਾ ਆਪਰੇਸ਼ਨ ਹੋਇਆ ਹੈ, ਲੱਤਾਂ ਮਾਰੀਆਂ ਮੈਨੂੰ, ਧੱਕਾ ਦੇ ਕੇ ਡੇਗਤਾ ਖੂਨੀ ਤੇ ਸੱਟ ਵੱਜੀ ਮੇਰੇ ਸਾਡਾ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।